ਇੱਕ ਜਾਤੀ ਜਾਂ ਵਰਨ ਜਾਂ ਦੇਸ਼ ਦਾ ਨਹੀਂ, ਬਾਬਾ ਨਾਨਕ ਤਾਂ ਸਾਰੇ ਹੀ ਜੱਗ ਦਾ ਏ। ਅਸੀਂ ਜੀਵ ਅਲਪੱਗ ਕੀ ਭੇਦ ਪਈਏ, ਸਰਬ ਕਲਾ ਸਮਰੱਥ ਸਰਬੱਗ ਦਾ ਏ। ਉਹਦਾ ਮਨ ਉਪਦੇਸ਼ ਮਰੀਦ ਹੋ ਗਿਆ, ਬਣਿਆ ਸੱਜਣ ਜੋ ਲੋਕਾਂ ਨੂੰ ਠੱਗਦਾ ਏ। ਜਨਮ ਉਸ ਦਾ ਸਫਲ ਗੁਰਜੰਟ ਸਿੰਘਾ, ਚਰਨਾਂ ਉਹਦਿਆਂ ਨਾਲ ਜੋ ਲੱਗਦਾ ਏ, ਚਰਨਾਂ ਨਾਲ ਜੋ ਉਹਦਿਆਂ ਲੱਗਦਾ ਏ। ਗੁਰੂ ਕੀ ਸਾਜੀ ਨਵਾਜੀ, ਸਤ ਸੰਗਤ ਹਾਜ਼ਰੀ ਲਵਾਓ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਬੈਸਟ ਕੌਡ ਕੰਪਨੀ ਵੀਰ ਜਸਪ੍ਰੀਤ ਸਿੰਘ ਵੱਲੋਂ ਔਰ ਤਰਨਮ ਸਟੂਡੀਓ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ। ਹਾਜ਼ਰ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚੋਜ ਸੁਲਤਾਨਪੁਰ ਦੇ ਇਹ ਪ੍ਰਸੰਗ ਲੈ ਕੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਸੱਚਾ ਸੌਦਾ ਕਰਨ ਵਾਸਤੇ ਗਏ, ਪਿਤਾ ਜੀ ਨਾਰਾਜ਼ ਹੋਏ। ਰਾਏ ਬੁਲਾਰ ਨੇ 20 ਰੁਪਈਏ ਮਹਿਤਾ ਕਾਲੂ ਜੀ ਨੂੰ ਦੇ ਕੇ ਆਖਿਆ, ਅੱਜ ਤੋਂ ਬਾਅਦ ਮੇਰੇ ਬਲੀ ਨਾਨਕ ਨੂੰ ਘੂਰਨਾ ਨਹੀਂ। ਅਤੇ ਨਾਲ ਹੀ ਭੈਣ ਜੀ ਨੂੰ ਬੇਬੇ ਨਾਨਕੀ ਜੀ ਨੂੰ ਆਖਿਆ, ਪੁੱਤਰੀ ਤੁਸੀਂ ਇਹਨਾਂ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਜਾਓ। ਸੁਲਤਾਨਪੁਰ ਆਏ ਨੇ ਬੇਬੇ ਨਾਨਕੇ ਜੀ। ਕੋਈ ਦਿਨ ਸੁਲਤਾਨਪੁਰ ਆਇਆਂ ਨੂੰ ਹੋਏ ਨੇ ਪਰ ਚਿਹਰੇ 'ਤੇ ਖੁਸ਼ੀ ਨਹੀਂ। ਭਾਈਆ ਜੈ ਰਾਮ ਜੀ ਇੱਕ ਦਿਨ ਕੋਲ ਬਹਾ ਕੇ ਬੜੇ ਪਿਆਰ ਅਦਬ ਸਤਿਕਾਰ ਨਾਲ ਕਹਿਣ ਲੱਗੇ, ਨਾਨਕੀ ਜੀ ਜਿਸ ਦਿਨ ਦੇ ਤੁਸੀਂ ਆਪਣੇ ਪੇਕੇ ਘਰ ਮਾਪਿਆਂ ਨੂੰ ਮਿਲ ਕੇ ਆਏ ਹੋ, ਤੁਸੀਂ ਖੁਸ਼ ਨਹੀਂ, ਚਿਹਰੇ 'ਤੇ ਉਦਾਸੀ ਆ, ਕਾਰਨ ਕੀ ਆ? ਭੈਣ ਜੀ ਨੇ ਸਾਰਾ ਕਾਰਨ ਦੱਸ ਦਿੱਤਾ ਕਿ ਮੈਂ ਚਾਹੁੰਦੀ ਹਾਂ ਵੀਰ ਆਪਣੇ ਕੋਲ ਆ ਜਾਵੇ। ਭਾਈਆ ਜੈ ਰਾਮ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਅੱਜ ਹੀ ਨਵਾਬ ਦੌਲਤ ਖਾਂ ਦੇ ਨਾਲ ਮੈਂ ਗੱਲ ਕਰਦਾ, ਕੋਈ ਨੌਕਰੀ ਕਿਸੇ ਸਰਵਿਸ 'ਤੇ ਉਹਨਾਂ ਨੂੰ ਲਵਾਉਣ ਵਾਸਤੇ। ਭਾਈਆ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਲੋਧੀ ਨਾਲ ਗੱਲ ਕੀਤੀ। ਉਹਨੇ ਆਖਿਆ, ਸੱਦ ਲਓ ਬਲੀ ਨਾਨਕ ਨੂੰ, ਇੱਥੇ ਮੋਦੀ ਦੀ ਕਾਰ, ਮੋਦੀ ਦੀ ਪਦਵੀ ਉਹਨਾਂ ਨੂੰ ਦੇ ਦਿੱਤੀ ਜਾਵੇਗੀ। ਭਾਈਆ ਜੈ ਰਾਮ ਜੀ ਘਰ ਆਏ, ਇਹ ਸਾਰਾ ਸੀਨ ਦੱਸਿਆ ਏ। ਬੇਬੇ ਨਾਨਕੀ ਜੀ ਆਪਣੇ ਬਾਪੂ ਨੂੰ ਇੱਕ ਚਿੱਠੀ ਲਿਖਦੇ ਆ ਕਿ ਮੇਰੇ ਪਿਆਰੇ ਵੀਰ ਨੂੰ ਬਾਪੂ ਜੀ ਮੇਰੇ ਕੋਲ ਭੇਜ ਦਿਓ। ਜਿਹੜੀ ਚਿੱਠੀ ਲਿਖੀ, ਜਿਹੜੀ ਪੱਤਰਿਕਾ ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਲਿਖੀ ਆ, ਉਹਦੀਆਂ ਸਦਰਾਂ ਇਸ ਕਵਿਤਾ ਵਿੱਚ ਐਂ ਬਿਨੇ ਕੀਤੀਆਂ ਜਾ ਰਹੀਆਂ ਜੀ, ਸੁਣੀਏ। ਭੈਣ ਲਿਖੇ ਚਿੱਠੀ ਤੱਲੇ ਵੰਡੀ ਵੱਲ ਨੂੰ, ਸਾਰੀ ਲਿਖੀ ਖੋਲ ਕੇ ਹਕੀਕੀ ਗੱਲ ਨੂੰ, ਸਾਰੀ ਲਿਖੀ ਖੋਲ ਕੇ ਹਕੀਕੀ ਗੱਲ ਨੂੰ। ਓ ਘਰ ਵੱਡਾ ਹੌਸਲਾ ਬਣਾ ਕੇ ਧੀਰ ਨੂੰ ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ, ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ। ਭੈਣ ਲਿਖੇ ਚਿੱਠੀ ਤੱਲੇ ਵੰਡੀ ਵੱਲ ਨੂੰ, ਸਾਰੀ ਲਿਖੀ ਖੋਲ ਕੇ ਹਕੀਕੀ ਗੱਲ ਨੂੰ, ਸਾਰੀ ਲਿਖੀ ਖੋਲ ਕੇ ਹਕੀਕੀ ਗੱਲ ਨੂੰ। ਓ ਘਰ ਵੱਡਾ ਹੌਸਲਾ ਬਣਾ ਕੇ ਧੀਰ ਨੂੰ ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ, ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ। ਔਖਾ ਹੈ ਵਿਛੋੜਾ ਪੁੱਤਰਾਂ ਦਾ ਜਰਨਾ, ਹਿੱਕ ਉੱਤੇ ਪੈਂਦਾ ਏ ਪੱਥਰ ਧਰਨਾ, ਹਿੱਕ ਉੱਤੇ ਪੈਂਦਾ ਏ ਪੱਥਰ ਧਰਨਾ। ਅੱਖਾਂ ਵਿੱਚ ਤਿਪਨਾ ਵਹਾਉਣਾ ਨੀਰ ਨੂੰ, ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ, ਭੇਜ ਦਿਓ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ। ਉਹ ਲੱਗਦੇ ਨੀ ਚਿੱਤ ਪੁੱਤਰਾਂ ਦੇ ਬਾਦ ਜੀ, ਰਹਿੰਦੀ ਹੈ ਸਤਾਉਂਦੀ ਬੱਚਿਆਂ ਦੀ ਯਾਦ ਜੀ, ਰਹਿੰਦੀ ਹੈ ਸਤਾਉਂਦੀ ਬੱਚਿਆਂ ਦੀ ਯਾਦ ਜੀ। ਲਗੀਰ ਨੂੰ ਭੇਜ ਦੋ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ, ਦਿੰਦੇ ਰੋ ਦਿਲਾਸਾ ਮਦਲ ਲਗੀਰ ਨੂੰ,
ਘਰ ਬੈਠੇ ਕੰਮ ਨੀ ਘਰਾਂ ਦੇ ਸਰਨੇ, ਇਸ ਲਈ ਤਾਂ ਪੈਂਦੇ ਨੇ ਵਿਛੋੜੇ ਜਰਨੇ, ਇਸ ਲਈ ਤਾਂ ਪੈਂਦੇ ਨੇ ਵਿਛੋੜੇ ਜਰਨੇ। ਸਾਰਿਆਂ ਨੇ ਕੰਮ ਕਾਰ ਨੇ ਅਖੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਵੀਰ ਬਿਨਾਂ ਚਿੱਤ ਮੇਰਾ ਵੀ ਉਦਾਸ ਹੈ, ਚਿੱਤ ਚਾਹੁੰਦਾ ਵੀਰ ਰਹੇ ਮੇਰੇ ਪਾਸ ਹੈ, ਚਿੱਤ ਚਾਹੁੰਦਾ ਵੀਰ ਰਹੇ ਮੇਰੇ ਪਾਸ ਹੈ। ਲਾਡ ਨਾ ਖਵਾਉਂਗੀ ਚੱਕਰ ਖੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਲਾਡ ਨਾ ਖਵਾਉਂਗੀ ਚੱਕਰ ਖੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਹਰ ਦਮ ਰਹਿੰਦੀ ਵੀਰ ਨੇ ਦੀ ਖਿੱਚ ਹੈ, ਹਰ ਦਮ ਰਹਿੰਦੀ ਵੀਰ ਨੇ ਦੀ ਖਿੱਚ ਹੈ, ਦਿਲ ਰਹਿੰਦਾ ਸਦਾ ਤਲਵੰਡੀ ਵਿੱਚ ਹੈ, ਦਿਲ ਰਹਿੰਦਾ ਸਦਾ ਤਲਵੰਡੀ ਵਿੱਚ ਹੈ। ਸਦਾ ਦੁਨੀਆ ਦੇ ਪੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਜਦੋਂ ਮੇਰਾ ਵੀਰ ਮੇਰੇ ਕੋਲ ਆਵੇਗਾ, ਜਦੋਂ ਮੇਰਾ ਵੀਰ ਮੇਰੇ ਕੋਲ ਆਵੇਗਾ, ਉਸ ਵੇਲੇ ਨੌਕਰੀ ਤੇ ਲੱਗ ਜਾਵੇਗਾ, ਉਸ ਵੇਲੇ ਨੌਕਰੀ ਤੇ ਲੱਗ ਜਾਵੇਗਾ। ਯਾਰ ਤੂੰ ਪਿਆਰਾ ਰੱਖੂ ਹਾਂ ਮਸ਼ੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਓ ਪੱਕੀ ਥਿੱਤੀ ਗੱਲ ਹੋ ਗਈ ਹੈ ਨਵਾਬ ਨਾ, ਨੌਕਰੀ ਦੀ ਗੱਲ ਹੋ ਗਈ ਹੈ ਜਨਾਬ ਨਾ, ਨੌਕਰੀ ਦੀ ਗੱਲ ਹੋ ਗਈ ਹੈ ਜਨਾਬ ਨਾ। ਜਾਣ ਲੈਣ ਗੱਲ ਪੱਤਰ ਲਕੀਰ ਨੂੰ, ਜਾਣ ਲੈਣ ਗੱਲ ਪੱਤਰ ਲਕੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ। ਜਿਸ ਵੇਲੇ ਜਾਵੇ ਸੁਨੇਹਾ ਮਿਲ ਜੀ, ਭੇਜ ਦੇਣਾ ਛੇਤੀ ਨਾ ਲਗਾਉਣੀ ਢਿੱਲ ਜੀ, ਭੇਜ ਦੇਣਾ ਛੇਤੀ ਨਾ ਲਗਾਉਣੀ ਢਿੱਲ ਜੀ। ਉਹਦੀ ਸੇਵਾ ਵਿੱਚ ਰੱਖੂ ਦਲ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਚਿੰਦੇ ਵੀਰ ਨੂੰ, ਭੇਜ ਦੋ ਪਿਤਾ ਜੀ ਮੇਰੇ ਛਿੰਦੇ ਵੀਰ ਨੂੰ। ਚਿੱਠੀ ਰਾਏ ਭੋਏ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਹੋਰਾਂ ਨੂੰ ਮਿਲੀ ਆ। ਪਟਵਾਰੀ ਜੀ ਨੇ ਪਰਿਵਾਰ ਨੂੰ ਚਿੱਠੀ ਪੜ੍ਹ ਕੇ ਸੁਣਾਈ। ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭੈਣ ਜੀ ਦੇ ਕੋਲ ਭੇਜਣ ਵਾਸਤੇ ਤਿਆਰੀ ਕੀਤੀ ਗਈ ਆ। ਨਾਲ ਤਿੰਨ ਚਾਰ ਘੋੜ ਸਵਾਰ ਦੇ ਕੇ ਤਲਵੰਡੀ ਤੋਂ ਕਾਫੀ ਦੂਰ ਤੱਕ ਮਹਾਰਾਜ ਦੇ ਨਾਲ ਸੱਚੇ ਪਾਤਸ਼ਾਹ ਨੂੰ ਵਿਦਾ ਕਰਨ ਵਾਸਤੇ ਆਏ ਨੇ। ਅਤੇ ਨਾਲ ਹੀ ਪਟਵਾਰੀ ਜੀ ਨੇ ਆਖਿਆ, ਮਹਿਤਾ ਕਾਲੂ ਜੀ ਦਾ ਜੱਦੀ ਪਿੰਡ ਪੱਠੇ ਵਿੰਡ ਜਿਹੜਾ ਮਾਝੇ ਵਿੱਚ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਲਹਾਰ ਹੈ, ਇੱਥੇ ਮਹਾਰਾਜ ਦੇ ਚਾਚੇ ਤਾਏ ਰਿਹਾ ਕਰਦੇ ਸਨ। ਪਟਵਾਰੀ ਜੀ ਕਹਿਣ ਲੱਗੇ, ਜਾਂਦੇ ਜਾਂਦੇ ਆਪਣੇ ਪਰਿਵਾਰ ਨੂੰ ਮਿਲਦੇ ਜਾਇਓ, ਉਹਨਾਂ ਦੀ ਸੁੱਖ ਨੰਦ ਪੁੱਛਦੇ ਜਾਇਓ। ਮਹਾਰਾਜ ਜਦੋਂ ਪੱਠੇ ਵਿੰਡ ਆਏ, ਇੱਥੇ ਜਦੋਂ ਚਾਚਿਆਂ ਤਾਇਆਂ ਨੇ ਵੇਖਿਆ ਕਿ ਨਾਨਕ ਦੇਵ ਆਇਆ ਹੈ ਹਿੱਸਾ ਅਤੇ ਠੇਕਾ ਪੈਲੀ ਦਾ ਲੈਣ ਵਾਸਤੇ, ਇਹਨਾਂ ਨੇ ਕੋਈ ਬਹੁਤੀ ਆਓ ਭਗਤ ਨਹੀਂ ਕੀਤੀ। ਇਹ ਕਹਿਣ ਲੱਗੇ, ਜੀ ਪੈਲੀ ਵਿੱਚ ਤਾਂ ਹੁੰਦਾ ਹੀ ਕੱਖ ਨਹੀਂ, ਇਹ ਤਾਂ ਬੰਜਰ ਹੀ ਹੈ, ਸਾਰੀ ਰੋਡ ਹੀ ਹੋ ਗਈ ਆ। ਮਹਾਰਾਜ ਕਹਿਣ ਲੱਗੇ, ਫਿਰ ਇੱਦਾਂ ਹੀ ਹੋਣੀ ਆ। ਉਸ ਤੋਂ ਬਾਅਦ ਉੱਥੇ ਬੰਜਰ ਹੀ ਧਰਤੀ ਹੋ ਗਈ ਸੀ, ਉਹ ਪਿੰਡ ਉੱਥੋਂ ਉੱਠਿਆ, ਉੱਥੇ ਅੱਜ ਕੱਲ੍ਹ ਡੇਰਾ ਸਾਹਿਬ ਗੁਰਦੁਆਰਾ ਮੌਜੂਦ ਹੈ। ਕਾਰ ਸੇਵਾ ਵਾਲੇ ਬਾਬੇ ਮਹਾਂਪੁਰਖ ਬਾਬਾ ਲੱਖਾ ਸਿੰਘ ਸਾਹਿਬ ਜੀ ਕੋਟੇ ਵਾਲੇ, ਜਿਨ੍ਹਾਂ ਨੇ
एक दो ते तीन नवंबर नूं बड़ी चढ़दी कला दे नाल 550 साल शताब्दी पुरब उस धरती ते मनाया है। महाराज इत्थों सुल्तानपुर पहुँचे ने, भैया जय राम जी मिले, भैन जी मिले, बड़ी खुशी हुई। भैन ते भरा दा रिश्ता नौ ते मास दा रिश्ता है। ते फिर सब तो पहला भैन नानकी जी ने अपने वीर नूं पछाणिया सी कि मेरा वीर निरंकार दा नूर है। कुछ दिन घरे रहन तो बाद भाइया जय राम जी महाराज नूं नाल लै के नवाब दौलत खां दे कोल गए ने। उस वेले 7-8 महकमिआं दे वक्खरे वक्खरे अलग अलग वजीर सन। जिहड़ा सब तो वड्डा वजीर हुंदा सी उहनूं दीवान कहिंदे हुंदे सन, उह सी देवदत्त। दूजे नंबर दा वजीर सी खान ए सामा, ये नवाब दे महिलां दे खर्चे दा ध्यान रखण वाला हुंदा सी। तीजे नंबर दा वजीर सी इहदा नाम बख्शी सी ते ये तनखावां वंडिया करदा सी ते हिसाब किताब सारा इहदे कोल हुंदा सी। चौथे नंबर दी पदवी सी वजीर दी, जिहड़ा खरायत लोकां विच खुराक मंत्री जिहनूं कहिंदे आ, दान करना और मोदी दी सेवा संभालनी, ये खाली सी। महाराज ने ये पदवी प्रवान कर ली। इहदे विच रह के ही लोड़वंदां दीआं लोड़ां पूरीआं कीतीआं जा सकदीआं सन। महाराज इस मोदी खाने ते मोदी लग गए ने। सतगुरु सच्चे पातशाह लोड़वंदां दीआं झोलियां भर के भेजदे ने। जिहड़ी तनखाह मिलदी सी महाराज नूं ते आड़त सेर तों लै के किलो तक मन दी तलाई मिलदी सी, महाराज उहदे विच्चों वी लोकां दीआं लोड़ां पूरीआं करदे सन। कुछ दिनां तों बाद ही सारे शहर विच महाराज दीआं सिफतां होण लगीआं कि नवाब ने जिहड़ा नवां मोदी लिआंदा है, बड़ा चंगा मोदी है, बड़ा नेक है, वह लैंदा पूरा तोल के ते वध देंदा है। जिहड़े पहला मोदी लगे सन वह लिया वध करदे सी ते लोकां नूं तोल के घट दिया करदे सन। आओ तकीए जिवें लोग सच्चे पातशाह महाराज दीआं सिफतां करदे ने, नाल नवाब दी वी सिफत हुंदी है कि जिहड़ा नवां मोदी लिआंदा बहुत ही नेक है, वह ते झोलियां भर भर के वंडी जा रहा है। जेकदे डंगर चारन वाले बच्चे लागे बोरियां चों खाण वालियां चीज़ां दीआं मुठ्ठां भर के लै जांदे तां वी कुछ नहीं कहिंदा। आओ जी तकीए सुल्तानपुर दी धरती ते सच्चे पातशाह महाराज किवें मोदी लगे ने, किवें लोकां दीआं लोड़ां पूरीआं करदे ने। सोही भरावां दी जोड़ी इस कविता विच ऐं बने करदी। आवो बैठो दसो जी हाँ की चाहिदा, लोकां दे हितां लई हिला बादशाही दा, लोकां दे हितां लई हिला बादशाही दा। खुशी खुशी सौदा तोल दे छताब ने, किन्ना सोहना मोदी लाया है नवाब ने, किन्ना सोहना मोदी लाया है नवाब ने। कदे होण दिंदा नी तकड़ काने नू, कदे होण दिंदा नी तकड़ काने नू। तारियां दे दूने चौने हुंदे लाब ने, किन्ना सोहना मोदी लाया है नवाब ने, किन्ना सोहना मोदी लाया है नवाब ने। किन्ना है सुंदर ओदा शीरी वाकदा, जदों भी बुल्ला चो जी ओ आया आखदा, जदों भी बुल्ला चो जी ओ आया आखदा। कितों दे ओदा डोल है लियांदा साब ने, किन्ना सोहना मोदी लाया है नवाब ने, किन्ना सोहना मोदी लाया है नवाब ने। खूर कप है नी, खूर कप है नी उपर जबान दे, मिठे बोल चंगे गुण इंसान दे, मिठे बोल चंगे गुण इंसान दे। मिठी बोली सिखी है जनाब ने, किन्ना सोहना मोदी लाया है नवाब ने,
ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਉਹ ਵੱਟਦਾ ਗਰੀਬ ਤੋਂ ਕਦੇ ਵੀ ਪਾਸਾ ਨਹੀਂ, ਹਾਕਮ ਦੀ ਹੋਮੀ ਉਹਦੇ ਵਿੱਚ ਮਾਸਾ ਨਹੀਂ, ਹਾਕਮ ਦੀ ਹੋਮੀ ਉਹਦੇ ਵਿੱਚ ਮਾਸਾ ਨਹੀਂ। ਹੀਰਾ ਮੋਦੀ ਪਾਇਆ ਬਹਿਸਤ ਦੁਆਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਲਾਈਨਾਂ ਲਾ ਕੇ ਸ਼ਾਂਤ ਚਿੱਤ ਗਾਕ ਖੜੇ ਨੇ, ਜਾਤਾਂ ਪਾਤਾਂ ਦੇ ਨਾ ਇੱਥੇ ਕੋਈ ਧੜੇ ਨੇ, ਜਾਤਾਂ ਪਾਤਾਂ ਦੇ ਨਾ ਇੱਥੇ ਕੋਈ ਧੜੇ ਨੇ। ਮੱਥੇ ਲੱਗ ਸਾਰੇ ਮਾਣ ਦੇ ਸ਼ਵਾਬ ਨੇ, ਮੱਥੇ ਲੱਗ ਸਾਰੇ ਮਾਣ ਦੇ ਸ਼ਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਉਹ ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਉਹ ਮੋਦੀ ਖਾਨੇ ਰਹਿਣ ਲੱਗੀਆਂ ਉਦਾਸੀਆਂ, ਹੋਰ ਬਾਣੀਆਂ ਤੇ ਵਰਤੀਆਂ ਉਦਾਸੀਆਂ, ਹੋਰ ਬਾਣੀਆਂ ਤੇ ਵਰਤੀਆਂ ਉਦਾਸੀਆਂ। ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਦੌੜੇ ਆਉਣ ਦੂਰੋਂ ਕੱਤ ਕੇ ਵਹੀਰਾਂ ਨੇ, ਰਸਦਾਂ ਪਵਾਈਆਂ ਆਣ ਕੇ ਫਕੀਰਾਂ ਨੇ, ਰਸਦਾਂ ਪਵਾਈਆਂ ਆਣ ਕੇ ਫਕੀਰਾਂ ਨੇ। ਸਾਧੂਆਂ ਤੋਂ ਨਹੀਂ ਮੰਗਦੇ ਹਿਸਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਥੋਕ ਪਰ ਚੂਨੇ ਕੋਠਾਂ ਤੇ ਵੇਖਦੇ, ਉਪਰੇ ਨਾ ਕੋਈ ਨਹੀਂ ਖਾਸ ਨਿਕਦੇ, ਉਪਰੇ ਨਾ ਕੋਈ ਨਹੀਂ ਖਾਸ ਨਿਕਦੇ। ਵਾਧੇ ਘਾਟੇ ਵਾਲੇ ਲੈਂਦੇ ਨਾ ਹਿਸਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਲੈਣਾ ਦੇਣਾ ਖੂਬ ਲੈਣਾ ਦੇਣਾ ਖੂਬ ਨਿਪਟੇ ਇਲਾਕੇ ਦਾ, ਰਿਹਾ ਨਾ ਫਿਕਰ ਹੁਣ ਠੱਗੀ ਡਾਕੇ ਦਾ, ਰਿਹਾ ਨਾ ਫਿਕਰ ਹੁਣ ਠੱਗੀ ਡਾਕੇ ਦਾ। ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ, ਕਿੰਨਾ ਸੋਹਣਾ ਮੋਦੀ ਲਾਇਆ ਹੈ ਨਵਾਬ ਨੇ। ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਚਾਰ ਚਫੇਰੇ ਜੈ ਜੈਕਾਰਾਂ ਹੋ ਰਹੀਆਂ ਸਨ। ਯਾਦ ਰਹੇ ਖਾਲਸਾ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੁਝ ਦਿਨ ਭੈਣ ਜੀ ਦੇ ਕਰ ਰਹੇ ਸਨ। ਜਦੋਂ ਤਨਖਾਹ ਮਿਲਣ ਲੱਗ ਪਈ, ਭਾਈਆ ਜੈ ਰਾਮ ਨੂੰ ਮਹਾਰਾਜ ਨੇ ਆਖਿਆ, ਸਾਡੇ ਕੋਲ ਸਾਧੂ ਆਉਂਦੇ ਨੇ, ਸਾਡੇ ਘਰ ਦਾ ਵੱਖਰਾ ਪ੍ਰਬੰਧ ਕਰ ਦਿੱਤਾ ਜਾਵੇ। ਮਹਾਰਾਜ ਨੂੰ ਵੱਖਰਾ ਘਰ ਲੈ ਦਿੱਤਾ ਔਰ ਸੇਵਾਦਾਰ ਵੀ ਰੱਖ ਦਿੱਤਾ। ਸਤਿਗੁਰੂ ਦੇ ਕੋਲ ਬਹੁਤ ਵਰਿਕਰ ਸਾਧੂ ਆਣ ਕੇ ਠਹਿਰਿਆ ਕਰਦੇ। ਮਹਾਰਾਜ ਉਹਨਾਂ ਦੀ ਵੀ ਲੋੜ ਪੂਰੀ ਕਰਦੇ, ਉਹਨਾਂ ਕੋਲ ਪੈਸਾ ਨਹੀਂ ਲੈਂਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੋਦੀ ਦੀ ਸੇਵਾ ਨਿਭਾ ਰਹੇ ਸਨ। ਇਹ ਸੁਲਤਾਨਪੁਰ ਦੇ ਵਿੱਚ ਉਸ ਵੇਲੇ 32 ਬਜ਼ਾਰ ਸਨ ਵੱਡੇ, ਐਡਾ ਵੱਡਾ ਸ਼ਹਿਰ ਸੀ। ਇਹਨੂੰ ਪੰਜਾਬ ਦੀ ਅੱਧੀ ਰਾਜਧਾਨੀ ਸਮਝਿਆ ਜਾਂਦਾ ਸੀ ਸੁਲਤਾਨਪੁਰ ਨੂੰ। ਔਰ ਜਿਹੜੀ ਹੱਟ ਵਿੱਚ ਵਸਤ ਹੁੰਦੀ ਸੀ, ਉਹ ਜਿਣਸਾਂ ਦੇ ਰੂਪ ਵਿੱਚ ਮਾਮਲਾ ਜ਼ਿਮੀਂਦਾਰਾਂ ਕੋਲ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਇੱਥੋਂ ਸੌਦਾ ਰਸਤਾ ਦਿੰਦੇ ਰਹਿਣਾ, ਵਸਤਾਂ ਉਹਨਾਂ ਦੇ ਲੋੜ ਮੁਤਾਬਕ ਦਿੱਤੀਆਂ ਜਾਣੀਆਂ ਅਤੇ ਜਿਣਸ ਤੋਂ ਫਿਰ ਲੈਣੀਆਂ। ਇਸ ਤਰ੍ਹਾਂ ਚੱਲ ਰਿਹਾ ਸੀ ਸਰਕਾਰੀ ਕਰਮਚਾਰੀਆਂ ਵਾਸਤੇ ਔਰ ਫੌਜਾਂ ਵਾਸਤੇ ਵੀ ਵੱਡੇ ਮੋਦੀ ਖਾਨਿਆਂ ਵਿੱਚੋਂ ਰਾਸ਼ਨ ਜਾਇਆ ਕਰਦਾ ਸੀ। ਜਦੋਂ ਮਹਾਰਾਜ ਦੀ ਜੈ ਜੈਕਾਰ ਹੋਈ, ਕਮੀਣੇ ਸੁਭਾਅ ਦੇ ਬੰਦੇ ਉਹ ਕਿਸੇ ਦੀ ਸਿਵਤ ਵੇਖ ਕੇ ਜਰ ਨਹੀਂ ਸਕਦੇ। ਇੱਥੇ ਤੇ ਆਮ ਬੰਦੇ ਦੀ ਗੱਲ ਕੀ ਕਰੀਏ, ਲੋਕ ਰੱਬ ਦੀ ਵੀ ਨਿੰਦਿਆ ਕਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਨੂਰ ਦੀ ਨਿੰਦਿਆ ਸ਼ੁਰੂ ਕਰ ਦਿੱਤੀ ਲੋਕਾਂ ਵਿੱਚ।
ਕਮੀਨੇ ਸੁਭਾਅ ਦੇ ਬੰਦਿਆਂ ਨੇ ਜਿਨ੍ਹਾਂ ਨੂੰ ਮੋਦੀ ਦੀ ਪਦਵੀ ਤੋਂ ਅੱਗੇ ਲਾਇਆ ਸੀ, ਇਹਨਾਂ ਨੇ ਗੱਲ ਚਲਾ ਦਿੱਤੇ। ਵੇਖੋ ਜੀ, ਸਿਫਤ ਤੇ ਹੁੰਦੀ ਹੈ ਨਵੇਂ ਮੋਦੀ ਨਾਨਕ ਦੀ, ਪਰ ਹੱਟ ਵਿੱਚ ਨਹੀਂ ਜੇ ਰਹਿ ਗਿਆ ਕੱਖ ਵੀ, ਥੋੜੇ ਦਿਨਾਂ ਦੀ ਗੱਲ ਹੋਰ ਰਹਿ ਗਈ ਆ। ਇਹ ਗੱਲ ਚੱਲਦੀ ਚੱਲਦੀ ਕੁਝ ਆਗੂ ਲੋਕ ਜਿਹੜੇ ਇੱਥੋਂ ਹਟਾਏ ਹੋਏ ਸਨ, ਇਹ ਨਵਾਬ ਕੋਲ ਵੀ ਪਹੁੰਚੇ ਨੇ। ਨਵਾਬ ਸਾਹਿਬ, ਜਿਹੜਾ ਨਵਾਂ ਮੋਦੀ ਲਾਇਆ, ਸਿਫਤਾਂ ਤੇ ਬੜੀਆਂ ਉਹਦੀਆਂ, ਪਰ ਹੱਟ ਖਾਲੀ ਹੁੰਦਾ ਜਾ ਰਿਹਾ ਜੇ, ਹੱਟ ਵਿੱਚ ਕੁਝ ਨਹੀਂ ਰਹਿ ਗਿਆ, ਉਹ ਲੋਕਾਂ ਨੂੰ ਲੁਟਾਈ ਜਾਂਦਾ। ਜਦੋਂ 13 ਤੇ ਗੱਲ ਆਉਂਦੀ ਹੈ, ਉਦੋਂ 13 13 13 ਕਹੀ ਜਾਂਦਾ ਹੈ, ਔਰ ਤੱਕੜੀ ਵੱਲ ਵੇਖਦਾ ਹੀ ਨਹੀਂ, ਛਾਬੇ ਭਰ ਭਰ ਸੁੱਟੀ ਜਾਂਦਾ ਹੈ। ਇਹਨਾਂ ਨੇ ਜਿਵੇਂ ਮੇਰੇ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਹੈ, ਔਰ ਕਵੀਸ਼ਰੀ ਦੇ ਮਹਾਨ ਵਿਦਵਾਨ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਸਵਰਗਵਾਸੀ ਕਵੀਸ਼ਰ, ਉਹਨਾਂ ਦੀ ਲਿਖਤ ਪੇਸ਼ ਕਰ ਰਹੇ ਨੇ ਕੇਵਲ ਸਿੰਘ ਮਹਿਤਾ, ਸੋਹੀ ਭਰਾ ਐਂ ਬਿਨੈ ਕੀਤੀ ਜਾ ਰਹੀ ਆ ਜੀ। ਨਾਨਕ ਫਕੀਰਾਂ ਨੂੰ ਲਟਾਈ ਜਾਂਦਾ ਏ, ਹਰ ਕੋਈ ਚੋਲੀਆਂ ਭਰਾਈ ਜਾਂਦਾ ਏ, ਹਰ ਕੋਈ ਚੋਲੀਆਂ ਭਰਾਈ ਜਾਂਦਾ ਏ, ਬਰਕਤਾਂ ਤੇ ਵਾਧੇ ਦਾ ਨਾ ਕੋਈ ਧਿਆਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਨਾਨਕ ਫਕੀਰਾਂ ਨੂੰ ਲਟਾਈ ਜਾਂਦਾ ਏ, ਹਰ ਕੋਈ ਚੋਲੀਆਂ ਭਰਾਈ ਜਾਂਦਾ ਏ, ਹਰ ਕੋਈ ਚੋਲੀਆਂ ਭਰਾਈ ਜਾਂਦਾ ਏ, ਬਰਕਤਾਂ ਤੇ ਵਾਧੇ ਦਾ ਨਾ ਕੋਈ ਧਿਆਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਜਿਹੜਾ ਰਾਮ ਅੱਲਾ ਦੀ ਸੁਣਾਵੇ ਬਾਤ ਨੂੰ, ਲੈ ਜੇ ਜਿਹੜੀ ਮਨ ਪਾਉਂਦੀ ਉਸ ਗਾਤ ਨੂੰ, ਲੈ ਜੇ ਜਿਹੜੀ ਮਨ ਪਾਉਂਦੀ ਉਸ ਗਾਤ ਨੂੰ, ਲੈ ਕੇ ਚੋਖੇ ਦਾ ਨਾ ਉਹਨੂੰ ਕੋਈ ਗਿਆਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਭੰਗੀਆਂ ਭਰਾਈਆਂ ਮੋਚੀਆਂ ਤੇ ਨੈਣਾ ਨੇ, ਚੀਵਰਾਂ ਮਸੱਲੀਆਂ ਲਗਾਈਆਂ ਲੈਣਾ ਨੇ, ਚੀਵਰਾਂ ਮੁਸਲੀਆਂ ਲਗਾਈਆਂ ਲੈਣਾ ਨੇ, ਖਬਰ ਮਗਾਲ ਭੇਜ ਕੇ ਦੀਵਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਲੋਕਾਂ ਨੇ ਬਣਾ ਲੈ ਕਿੱਸੇ ਸ਼ਾਹੀ ਲੁੱਟ ਦੇ, ਲੋਕਾਂ ਨੇ ਬਣਾ ਲੈ ਕਿੱਸੇ ਸ਼ਾਹੀ ਲੁੱਟ ਦੇ, ਤੇਰਾ ਤੇਰਾ ਰੱਟੇ ਉਸ ਦੀ ਜ਼ੁਬਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਝੋਲੇ ਤੇ ਲਫਾਫੇ ਲੋਕਾਂ ਲਏ ਭਰ ਜੀ, ਤੋਲਿਆਂ ਬਗੈਰ ਲੈ ਜੇ ਜਿਹਦੀ ਮਰ ਜੀ, ਤੋਲਿਆਂ ਬਗੈਰ ਲੈ ਜੇ ਜਿਹਦੀ ਮਰ ਜੀ। ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਬਾਹਰੋਂ ਆਉਂਦੇ ਲੋਕ ਨੇ ਡੰਗਰ ਚਾਰਦੇ, ਬਾਹਰੋਂ ਆਉਂਦੇ ਲੋਕ ਨੇ ਡੰਗਰ ਚਾਰਦੇ, ਰਿਓੜੀਆਂ ਮਖਾਣਿਆਂ ਦੇ ਲੱਪੇ ਮਾਰਦੇ, ਰਿਓੜੀਆਂ ਮਖਾਣਿਆਂ ਨੂੰ ਲੱਪੇ ਮਾਰਦੇ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਮੁਰੱਬਾ ਗੁਲਕੰਦ ਗੋੜੇ ਆਟਾ ਦਾਲ ਜੀ, ਲਈ ਜਾਂਦੇ ਲੋਕੀ ਪੂਰਾ ਨਾ ਖਿਆਲ ਜੀ, ਲਈ ਜਾਂਦੇ ਲੋਕੀ ਪੂਰਾ ਨਾ ਖਿਆਲ ਜੀ। ਪੱਲਿਆਂ ਚ ਪੰਨ ਖੜ ਦੇ ਸਮਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ, ਮੋਦੀ ਖਾਨਾ ਮੋਦੀ ਨੇ ਲੁਟਾ ਤਾ ਖਾਨ ਜੀ। ਚੁਗਲਾਂ ਨੇ ਮਹਾਰਾਜ ਦੇ ਖਿਲਾਫ ਸ਼ਿਕਾਇਤ ਕੀਤੀ ਆ ਨਵਾਬ ਦੌਲਤ ਖਾਨ ਲੋਧੀ ਦੇ ਕੋਲ,
ਨਵਾਬ ਦੌਲਤ ਖਾਂ ਲੋਧੀ ਉਸੇ ਵੇਲੇ ਪੜਤਾਲ ਦਾ ਹੁਕਮ ਜਾਰੀ ਕਰਦਾ, ਕਿਉਂਕਿ ਹਾਕਮ ਲੋਕ ਕੰਨਾਂ ਦੇ ਬੜੇ ਕੱਚੇ ਹੋਇਆ ਕਰਦੇ ਨੇ। ਇਹਨੇ ਡਿਊਟੀ ਲਾਈ ਆ ਦੀਵਾਨ ਦੇਵਦੱਤ ਔਰ ਜਿਹੜਾ ਮੁਨਸ਼ੀਆਂ 'ਚ ਪ੍ਰਧਾਨ ਮੁਨਸ਼ੀ ਆ, ਮੁੱਖ ਮੁਨਸ਼ੀ ਆ ਜਾਦਵ ਰਾਏ, ਕਿ ਪੜਤਾਲ ਕੀਤੀ ਜਾਵੇ ਕੀ ਹੱਟ ਵਿੱਚ ਰਹਿ ਗਿਆ ਅਤੇ ਕੀ ਲੁੱਟਿਆ ਗਿਆ। ਇਹਨਾਂ ਨੇ ਆਣ ਕੇ ਹੱਟ ਨੂੰ ਕੀਤਾ ਇਹ ਸੀਲ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਕਮਰੇ ਵਿੱਚ ਨਜ਼ਰ ਬੰਦ ਕਰ ਦਿੱਤਾ ਹੈ। ਹਿਸਾਬ ਕਿਤਾਬ ਸ਼ੁਰੂ ਹੋ ਗਿਆ ਹੈ। ਹਿਸਾਬ ਕਿਤਾਬ ਹੁੰਦਿਆਂ 3 ਦਿਨ ਪੂਰੇ ਲੱਗੇ ਨੇ, ਕੁਝ ਵਿਦਵਾਨ 5 ਦਿਨਾਂ ਦੀ ਗੱਲ ਕਰਦੇ ਹੈ, ਕੁਝ 3 ਦਿਨਾਂ ਦੀ ਗੱਲ ਕਰਦੇ ਹੈ। 3 ਦਿਨ ਹਿਸਾਬ ਕਿਤਾਬ ਹੁੰਦਾ ਰਿਹਾ। ਬਹੁਤ ਵੱਡਾ ਹੱਟ ਸੀ, ਉਹਦੇ ਵਿੱਚ ਇੱਕ ਇੱਕ ਪਾਈ ਦਾ ਹਿਸਾਬ ਹੋਇਆ। ਔਰ ਸਤਿਗੁਰੂ ਮਹਾਰਾਜ ਜੋ ਸਵੇਰ ਤੋਂ ਸ਼ਾਮ ਤੱਕ ਇਸ ਹੱਟ ਵਿੱਚੋਂ ਲੋਕਾਂ ਨੂੰ ਦਿੰਦੇ ਸਨ ਸੌਦਾ ਰਸਤਾ ਵਸਤਾਂ, ਉਹਨੂੰ ਲਿਖ ਲਿਆ ਕਰਦੇ ਸਨ। ਮਹਾਰਾਜ ਨੇ ਲਿਖਤੀ ਹਿਸਾਬ ਕਿਤਾਬ ਸਾਰਾ ਰੱਖਿਆ ਹੋਇਆ ਸੀ। ਹੁਣ ਜਦੋਂ ਹਿਸਾਬ ਕਿਤਾਬ ਹੋ ਕੇ ਸਾਰੀ ਬਜਟ ਜਾਂ ਦੇ ਵਿੱਚੋਂ ਵਾਧਾ ਘਾਟਾ ਸੀ, ਉਹ ਸੀ 135 ਰੁਪਈਏ ਮਹਾਰਾਜ ਦੇ ਨਵਾਬ ਦੌਲਤ ਖਾਂ ਵੱਲ ਵਧੇ। ਭਾਈ ਵੀਰ ਸਿੰਘ ਜੀ ਉਸ ਵੇਲੇ ਕਰੰਸੀ ਦੀ ਗੱਲ ਜਿਹੜੀ ਆ ਉਹ ਰਜਤ ਪੰਨ ਨਾ ਕਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਦਾ ਵਾਅਦਾ ਨਿਕਲਿਆ, ਇਹਨਾਂ ਮੁਨਸ਼ੀਆਂ ਨੇ ਇਹ ਸਾਰਾ ਹਿਸਾਬ ਕਿਤਾਬ ਕਰਕੇ ਇਹ ਜਨਾਬ ਦੇ ਕੋਲ ਗਏ ਨੇ, ਨਵਾਬ ਦੌਲਤ ਖਾਂ ਦੇ ਕੋਲ ਗਏ ਨੇ, ਅਤੇ ਜਾ ਕੇ ਇਹਨਾਂ ਨੇ ਆਖਿਆ ਅਸੀਂ ਇੱਕ ਇੱਕ ਪਾਈ ਦਾ ਹਿਸਾਬ ਕੀਤਾ ਹੈ। ਨਵਾਬ ਸਾਹਿਬ ਸਾਰਾ ਹਿਸਾਬ ਕਿਤਾਬ ਕਰਨ ਤੋਂ ਬਾਅਦ ਨਾਨਕ ਦੇ 135 ਰੁਪਈਏ ਤੁਹਾਡੇ ਵੱਲ ਵਧੇ ਆ, ਇਸ ਹੱਟ ਵਿੱਚੋਂ ਕੁਝ ਵੀ ਲੁੱਟਿਆ ਨਹੀਂ ਗਿਆ। ਨਾਨਕ ਇਹ ਨਵਾਂ ਮੋਦੀ ਬਿਲਕੁਲ ਬੇਕਸੂਰ ਹੈ, ਇਹ ਲੋਕ ਚੁਗਲ ਐਵੇਂ ਚੁਗਲੀਆਂ ਚੜਾ ਮਾਰਦੇ ਨੇ। ਜਿਵੇਂ ਉਹਨਾਂ ਨੇ ਜਾ ਕੇ ਨਵਾਬ ਦੌਲਤ ਖਾਂ ਨੂੰ ਆਖਿਆ ਕਿ ਸਾਡਾ ਮੋਦੀ ਬੇਕਸੂਰ ਹੈ, ਤੱਕੋ ਜੀ ਮਨਜੀਤ ਸਿੰਘ ਸੋਹੀ, ਕਾਬਲ ਸਿੰਘ ਸੋਹੀ ਤੇ ਕੇਵਲ ਸਿੰਘ ਮਹਿਤਾ ਐਂ ਬਿਨੇ ਕਰਦੇ। ਕਰਦੇ ਸਲਾਮ ਰੱਖ ਕੇ ਅਦਾਬ ਨੂੰ, ਹੱਟੀ ਦਾ ਹਿਸਾਬ ਦਿੱਤਾ ਜਾ ਜਨਾਬ ਨੂੰ, ਹੱਟੀ ਦਾ ਹਿਸਾਬ ਦਿੱਤਾ ਜਾ ਜਨਾਬ ਨੂੰ। ਐਵੇਂ ਲੋਕ ਪਾਇਆ ਹਾਲ ਤੂੰ ਫਤੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ। ਕਰਦੇ ਸਲਾਮ ਰੱਖ ਕੇ ਅਦਾਬ ਨੂੰ, ਹੱਟੀ ਦਾ ਹਿਸਾਬ ਦਿੱਤਾ ਜਾ ਜਨਾਬ ਨੂੰ, ਹੱਟੀ ਦਾ ਹਿਸਾਬ ਦਿੱਤਾ ਜਾ ਜਨਾਬ ਨੂੰ। ਐਵੇਂ ਲੋਕਾਂ ਪਾਇਆ ਹਾਲ ਤੂੰ ਫਤੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ। ਉਹਦੇ ਮੱਥੇ ਨੂਰ ਚਮਕੇ ਸੱਚਾਈ ਦਾ, ਉਹਦੇ ਮੱਥੇ ਨੂਰ ਚਮਕੇ ਸੱਚਾਈ ਦਾ, ਕੀਤਾ ਹੈ ਹਿਸਾਬ ਅਸਾਂ ਪਾਈ ਪਾਈ ਦਾ, ਕੀਤਾ ਹੈ ਹਿਸਾਬ ਅਸਾਂ ਪਾਈ ਪਾਈ ਦਾ। ਅਕਲ ਲਿਆਕਤ ਵੀ ਭਰਪੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ। ਉਸ ਨੂੰ ਜਮਾਨਾ ਹੈ ਪਿਆਰ ਕਰਦਾ, ਸਾਧੂਆਂ ਫਕੀਰਾਂ ਦੀ ਅਨੈਤ ਸ਼ਰਦਾ, ਸਾਧੂਆਂ ਫਕੀਰਾਂ ਦੀ ਅਨੈਤ ਸ਼ਰਦਾ। ਅੱਠੇ ਪੈਰ ਰਹਿੰਦਾ ਬਾਣੀ ਦਾ ਸਰੂਰ ਹੈ, ਅੱਠੇ ਪੈਰ ਰਹਿੰਦਾ ਬਾਣੀ ਦਾ ਸਰੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ, ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ। ਜ਼ਿੰਮੇਵਾਰੀ ਨਾਲ ਘਰ ਦਾ ਦੱਕਣ
ਜ਼ਿੰਮੇਵਾਰੀ ਨਾਲ ਕਰਦਾ ਦੁਕਾਨ ਨੂੰ ਆਪਣੇ ਅਲੂਫੇ ਵਿੱਚੋਂ ਦਿੰਦਾ ਦਾਨ ਨੂੰ ਆਪਣੇ ਅਲੂਫੇ ਵਿੱਚੋਂ ਦਿੰਦਾ ਦਾਨ ਨੂੰ ਪੁੰਨ ਦਾਨ ਲਈ ਉਹ ਬੜਾ ਮਸ਼ਹੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਪੂਰਾ ਸਾਥ ਦਿੱਤਾ ਉਹ ਨਿਤ ਫਤੀਸ਼ ਦਾ ਮਨ ਦਾ ਅਹਿਸਾਨ ਹੈ ਮਨ ਦਾ ਅਹਿਸਾਨ ਤੁਹਾਡੀ ਬਖਸ਼ੀਸ਼ ਦਾ ਮਨ ਦਾ ਅਹਿਸਾਨ ਤੁਹਾਡੀ ਬਖਸ਼ੀਸ਼ ਦਾ ਜਾਣਦਾ ਸਲੀਕਾ ਅਕਲ ਸ਼ਊਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਇਹ ਜਿਲਿਆ ਦਿੱਤਾ ਜਾਣਦਾ ਹਰ ਇੱਕ ਗਾਕ ਤੋਂ ਲਿਆ ਦਿੱਤਾ ਜਾਣਦਾ ਹਰ ਇੱਕ ਗਾਕ ਤੋਂ ਅਸੀਂ ਬਲਿਹਾਰੇ ਉਸ ਦੇ ਦਿਮਾਗ ਤੋਂ ਅਸੀਂ ਬਲਿਹਾਰੇ ਉਸ ਦੇ ਦਿਮਾਗ ਤੋਂ ਉਹ ਵਈਆਂ ਖਾਤਿਆਂ ਦਾ ਪੂਰਾ ਦਸਤੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਨਾਨਕ ਹਲੀਮੀ ਗਿਆਨ ਦਾ ਚਿਰਾਗ ਹੈ ਨਾਨਕ ਹਲੀਮੀ ਗਿਆਨ ਦਾ ਚਿਰਾਗ ਹੈ ਉਹਦਾ ਇੱਥੇ ਰਹਿਣਾ ਅਸਾਂ ਲਈ ਸ਼ਵਾਬ ਹੈ ਉਹਦਾ ਇੱਥੇ ਰਹਿਣਾ ਅਸਾਂ ਲਈ ਸ਼ਵਾਬ ਹੈ ਮੱਥੇ ਉਹਦੇ ਚਮਕੇ ਖੁਦਾਈ ਨੂਰ ਹੈ ਮੱਥੇ ਉਹਦੇ ਚਮਕੇ ਖੁਦਾਈ ਨੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਆਪ ਉਹਨੂੰ ਮਿਲੋ ਹੌਸਲਾ ਵਧਾ ਦਿਓ ਚੁਗਲਾਂ ਨੂੰ ਸੱਦ ਕੇ ਫਿਟਕ ਪਾ ਦਿਓ ਨਿੰਦਕਾਂ ਨੂੰ ਸੱਦ ਕੇ ਫਿਟਕ ਪਾ ਦਿਓ ਬੈਂਕਾਂ ਅੱਗੇ ਜਿਵੇਂ ਤੁਹਾਨੂੰ ਮਨਜ਼ੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਜੀ ਹਜ਼ੂਰ ਮੋਦੀ ਸਾਡਾ ਬੇਕਸੂਰ ਹੈ ਨਵਾਬ ਦੌਲਤ ਖਾਂ ਲੋਧੀ ਕਹਿਣ ਲੱਗਾ ਫਿਰ ਜਿਹੜੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ ਨੇ ਉਹ ਹੱਟ 'ਚੋਂ ਸੌਦਾ ਨਹੀਂ ਗਿਆ ਪੂਰਾ ਪੂਰਾ ਹਿਸਾਬ ਕਿਤਾਬ ਆ ਉਹ ਕਿੱਥੋਂ ਜਾਂਦਾ ਰਿਹਾ ਫਿਰ ਇਹਨਾਂ ਨੇ ਹਿਸਾਬ ਕਿਤਾਬ ਕਰਨ ਤੋਂ ਬਾਅਦ ਇਹ ਗੱਲ ਕਹੀ ਕਿ ਜਿਹੜਾ 500 ਰੁਪਈਆ ਖਰੈਤ ਵਾਸਤੇ ਲੋਕਾਂ ਵਿੱਚ ਵੰਡਣ ਵਾਸਤੇ ਰੋਜ਼ ਮਿਲਦਾ ਸੀ ਪਹਿਲਾਂ ਵੀ ਮਿਲਦਾ ਸੀ ਪਰ ਉਹ ਮੋਦੀ ਥੋੜ੍ਹੇ ਥੋੜ੍ਹੇ ਵੰਡ ਕੇ ਬਾਕੀ ਹੜੱਪ ਕਰ ਜਾਂਦੇ ਸਨ ਉਹਨਾਂ ਦਿਨਾਂ ਵਿੱਚ 100 ਰੁਪਈਆ ਨਵਾਬ ਦੇ ਮਹਿਲਾਂ ਦਾ ਖਰਚਾ ਸੀ ਅਤੇ 500 ਰੁਪਈਆ ਗਰੀਬਾਂ ਵਿੱਚ ਵੰਡਣ ਵਾਸਤੇ ਖਰੈਤ ਇਹ ਸਹਾਇਤਾ ਮਦਦ ਕੀਤੀ ਜਾਂਦੀ ਸੀ ਉਹ ਵੀ ਵੰਡਿਆ ਜਾਂਦਾ ਸੀ ਇਹਨਾਂ ਨੇ ਆਖਿਆ ਉਹਨਾਂ ਨੂੰ ਜਾ ਕੇ ਖਿਮਾ ਮੰਗੋ ਅਤੇ ਫਿਰ ਹੱਟ 'ਤੇ ਮੋਦੀ ਬਹਾਓ ਨਵਾਬ ਦੌਲਤ ਖਾਂ ਗਿਆ ਹੈ ਇਹਨੇ ਖਿਮਾ ਮੰਗੀ ਆ ਅਤੇ ਆਖਿਆ ਗਲਤੀ ਹੋ ਗਈ ਅੱਗੇ ਤੋਂ ਅਸੀਂ ਐਸਾ ਕੰਮ ਨਹੀਂ ਕਰਾਂਗੇ ਤੁਸੀਂ ਉਸੇ ਤਰ੍ਹਾਂ ਹੱਟ ਚਲਾਓ ਬੜੀਆਂ ਰੌਣਕਾਂ ਲੱਗੀਆਂ ਜੈਕਾਰਾਂ ਹੋ ਰਹੀਆਂ ਇਹਨੇ 1700 ਰੁਪਏ ਕੋਲੋਂ ਹੋਰ ਹੱਟ ਵਿੱਚ ਸੌਦਾ ਪਾਉਣ ਵਾਸਤੇ ਦਿੱਤੇ ਦੂਜੀ ਵਾਰਾਂ ਫਿਰ ਹਿਸਾਬ ਹੋਇਆ 321 ਰੁਪਈਏ ਮਹਾਰਾਜ ਦੇ ਵਧੇ ਨਵਾਬ ਨੇ 4000 ਰੁਪਈਏ ਕੋਲੋਂ ਹੋਰ ਹੱਟ ਵਿੱਚ ਸੌਦਾ ਪਾਉਣ ਵਾਸਤੇ ਦਿੱਤੇ ਜਦੋਂ ਮਹਾਰਾਜ ਵੇਈ ਵਿੱਚ ਟੁੱਬੀ ਮਾਰਦੇ ਆ ਅਤੇ ਲੋਕਾਂ ਨੇ ਆਖਿਆ ਨਵਾਬ ਨਾਨਕ ਨੂੰ ਪੈ ਗਿਆ ਹੀ ਘਾਟਾ ਅਤੇ ਤਾਂ ਉਹ ਡੁੱਬ ਗਿਆ ਨਦੀ ਦੇ ਵਿੱਚ
ਵੇਈ ਦੇ ਵਿੱਚ ਇਹਨੇ ਫਿਰ ਹਿਸਾਬ ਕਿਤਾਬ ਸ਼ੁਰੂ ਕਰ ਦਿੱਤਾ। ਮਹਾਰਾਜ ਦੇ 760 ਰੁਪਈਏ ਇਸ ਨਵਾਬ ਦੌਲਤ ਖਾਂ ਵੱਲ ਵਧੇ। ਨਵਾਬ ਦੀ ਚਿੰਤਾ ਦੂਰ ਹੋਈ। ਮਹਾਰਾਜ ਤੀਸਰੇ ਦਿਨ ਆਏ ਔਰ ਮੂਲ ਮੰਤਰ ਸੱਚਖੰਡੋਂ ਲੈ ਕੇ ਆਏ। ਸਤਿਗੁਰਾਂ ਨੇ ਬੜੇ ਇਸ ਧਰਤੀ 'ਤੇ ਚੋਜ ਕੀਤੇ ਆ, ਜਿੱਥੇ ਹੁਣੇ ਹੁਣੇ 550 ਸਾਲਾਂ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਾਨ ਸ਼ੌਕਤ ਦੇ ਨਾਲ ਸਿੱਖ ਕੌਮ ਵੱਲੋਂ ਪੰਥ ਵੱਲੋਂ ਮਨਾਇਆ ਗਿਆ ਹੈ। ਜਿਸ ਧਰਤੀ 'ਤੇ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ, ਸੁਰ ਸਿੰਘ ਵਾਲੇ ਮਹਾਂਪੁਰਖ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅਣਸ ਬਣਸ 12ਵੇਂ ਜਾਨ ਸ਼ੀਨ ਜਿਹੜੇ ਧਰਮ ਦੇ ਕਾਰਜ ਚੜ੍ਹਦੀ ਕਲਾ ਦੇ ਨਾਲ ਕਰਵਾ ਰਹੇ ਨੇ ਸੁਲਤਾਨਪੁਰ ਦੀ ਧਰਤੀ 'ਤੇ। ਹੁਣ ਉੱਥੇ ਇੱਕ ਸੰਗੀਤਕ ਵਿਦਿਆਲਾ ਖੋਲ੍ਹਿਆ ਗਿਆ ਹੈ ਤਾਂ ਕਿ ਗੁਰੂ ਕੀ ਬਾਣੀ ਦੀ ਸੰਥਿਆ ਦਿੱਤੀ ਜਾਵੇ, ਵਿਦਿਆਰਥੀਆਂ ਨੂੰ ਕਥਾ ਕੀਰਤਨ ਸਿਖਾਇਆ ਜਾਵੇ। ਬੜੇ ਮਹਾਨ ਕਾਰਜ ਮਹਾਂਪੁਰਖ ਕਰ ਰਹੇ ਆ ਸੁਲਤਾਨਪੁਰ ਦੀ ਧਰਤੀ 'ਤੇ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੋਜ ਕੀਤੇ ਉਹਨਾਂ ਵਿੱਚੋਂ ਕੁਝ ਚੋਜ ਬਿਆਨ ਕੀਤੇ ਜਾ ਰਹੇ ਸਨ। ਜਥਾ ਪੇਸ਼ ਕਰ ਰਿਹਾ ਸੀ ਭਾਈ ਕੇਵਲ ਸਿੰਘ ਮਹਿਤਾ ਔਰ ਨਾਲ ਦੇ ਸਾਥੇ ਕਵੀਸ਼ਰੀ ਦੇ ਖੇਤਰ ਵਿੱਚ ਸ਼ਿਖਰ 'ਤੇ ਨਾਂ ਰੱਖਣ ਵਾਲੀ ਜੋੜੀ ਮਨਜੀਤ ਸਿੰਘ ਸੋਹੀ, ਅਬਦਾਲ ਸੋਹੀ ਔਰ ਕਾਬਲ ਸਿੰਘ ਸੋਹੀ, ਕੋਟ ਮੌਲਵੀ ਹਰਦੋਰਵਾਲ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਸਨ। ਕਦੇ ਯਾਦ ਕਰਨਾ ਹੋਵੇ 9814575 'ਤੇ ਫੋਨ ਕਰੋਗੇ, 9814293 9857065053। ਹਾਜ਼ਰ ਹੋਵਾਂਗੇ ਜੀ। ਭੁੱਲਾਂ ਦੀ ਖਿਮਾ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।